ਗੁਰਦਾਸ ਮਾਨ ਦੇ ਤੇ ਬਾਅਦ ਚ ਛਿੱਤਰ ਫੇਰੋ, ਪਹਿਲਾਂ ਇਹਦੇ ਛਿੱਤਰ ਫੇਰੋ ਟਕਾ ਕੇ। ਤੂੰ ਕਿਰਪਾਨ ਉੱਪਰ ਦੀ ਪਾ ਕੇ ਸਟੇਜ ਤੇ ਨਾਲ ਕੰਜਰੀਆਂ ਨਚਾਉਂਦਾ, ਜਿਹੜਾ ਪੰਥ ਦਾ ਨਹੀਂ ਬਣਿਆ ਉਹ ਤੁਹਾਡਾ ਕੀ ਬਣੂਗਾ। ਵੀ ਜਿਹੜਾ ਬੰਦਾ ਬੱਤੀ ਬਣਾਉਣ ਨੂੰ ਇੱਕ ਸਾਹਿਤਕ ਗੱਲ ਕਹਿੰਦਾ, ਲੱਖ ਲਾਂ ਤਾਂ ਐਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ 15 ਲੱਖ ਦੇ ਵਿੱਚ ਵਿਕ ਗਏ, ਕੋਈ ਫਰਕ ਨਹੀਂ ਪੈਂਦਾ, ਕੋਈ ਕਿਰਪਾਨ ਲਾਣ ਕਿਰਪਾਨ ਪਾਣ, ਇਹ ਕੰਜਰ ਨੇ ਕੰਜਰ ਹੀ ਰਹਿਣਗੇ। ਪੰਜਾਬੀ ਗਾਇਕ KS ਮੱਖਣ ਦੀਆਂ ਮੁਸੀਬਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ। KS ਮੱਖਣ ਵੱਲੋਂ ਲਾਈਵ ਹੋ ਕੇ ਕਕਾਰ ਤਿਆਗਣ ਦਾ ਮਾਮਲਾ ਕਾਫੀ ਗਰਮਾਉਂਦਾ ਜਾ ਰਿਹਾ। ਜਿੱਥੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਮੂਹ ਸਿੱਖਾਂ ਵੱਲੋਂ KS ਮੱਖਣ ਨੂੰ ਲਾਣਤਾਂ ਪਾਈਆਂ ਜਾ ਰਹੀਆਂ ਨੇ, ਉੱਥੇ ਹੀ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਕਥਾਵਾਚਕ ਗਿਆਨੀ ਬਲਜਿੰਦਰ ਸਿੰਘ ਪਰਵਾਨਾ ਨੇ ਵੀ ਸਖ਼ਤ ਸ਼ਬਦਾਂ ਵਿੱਚ KS ਮੱਖਣ ਦੀ ਇਸ ਹਰਕਤ ਦੀ ਨਿੰਦਾ ਕੀਤੀ ਆ। ਉਹਨਾਂ ਦਾ ਇਹ ਸਾਫ਼ ਕਹਿਣਾ ਹੈ ਕਿ KS ਮੱਖਣ ਦੀ ਇਸ ਕੋਝੀ ਹਰਕਤ 'ਤੇ ਉਸ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਆਓ ਤੁਹਾਨੂੰ ਸੁਣਾਉਂਦੇ ਹਾਂ ਹੋਰ ਕੀ ਕਿਹਾ ਗਿਆਨੀ ਬਲਜਿੰਦਰ ਸਿੰਘ ਪਰਵਾਨਾ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਤੱਕ ਆਪਾਂ ਸਾਰੇ ਮਾਈ ਭਾਈ ਲਾਈਵ ਨਾਲ ਜੁੜ ਰਹੇ ਹਾਂ, ਮੈਂ ਬੇਨਤੀ ਕਰਾਂਗਾ, ਵਿਸ਼ਾ ਤੁਸੀਂ ਉੱਪਰ ਪੜ੍ਹ ਲਿਆ ਵੀ KS ਮੱਖਣ ਦੇ ਸੰਬੰਧੀ ਵਿਚਾਰ ਕਰਨ ਵਾਸਤੇ ਮੈਂ ਤੁਹਾਡੇ ਨਾਲ ਲਾਈਵ ਹੋਇਆ। ਮੈਂ 1-2 ਮਿੰਟ ਵਿੱਚ ਹੀ ਆਪਣੀ ਗੱਲ ਕਹਿ ਕੇ ਸਮਾਪਤ ਕਰ ਦੇਣੀ ਹੈ, ਪਰ ਉਦੋਂ ਤੱਕ ਤੁਹਾਨੂੰ ਬੇਨਤੀ ਕਰਾਂਗਾ, ਜਿੰਨੇ ਵੀ ਵੀਰ ਮਾਈ ਭਾਈ ਤੁਸੀਂ ਜੁੜ ਰਹੇ ਹੋ, ਬਿਨਾਂ ਸੋਚੇ ਸਮਝੇ ਮੈਂ ਇੱਕ ਬੇਨਤੀ ਕਰਾਂਗਾ, ਵੀਡੀਓ ਜਿਹੜੀ ਆ ਉਹਨੂੰ ਨਾਲ ਦੀ ਨਾਲ ਸ਼ੇਅਰ ਕਰਨਾ ਤੁਸੀਂ ਸ਼ੁਰੂ ਕਰ ਦਿਓ। KS ਮੱਖਣ ਜਦੋਂ ਉਹਦੇ 'ਤੇ ਇਲਜ਼ਾਮ ਲੱਗੇ ਨਸ਼ਿਆਂ ਦੇ, ਅਤੇ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ, ਮਹਾਂਪੁਰਖਾਂ ਨਾਲ ਜੁੜਿਆ, ਅਤੇ ਅੰਮ੍ਰਿਤ ਛੱਕ ਕੇ ਇਹਨੇ ਆਪਣੇ ਉਹ ਪਾਪਾਂ ਨੂੰ ਧੋਤਾ ਚਿੱਟੇ ਦੇ ਨੂੰ। ਥੋੜ੍ਹੇ ਦਿਨ ਪਹਿਲਾਂ ਇਹਦੇ ਵੱਲੋਂ ਇੱਕ ਵੀਡੀਓ ਪਾਈ ਗਈ ਵੀ ਅਸੀਂ ਕੰਜਰ ਹਾਂ ਅਤੇ ਕੰਜਰਾਂ ਨੂੰ ਕਾਹਨੂੰ ਸੁਣਦੇ ਹੋ, ਸਾਨੂੰ ਛੱਡ ਦਿਓ ਤੁਸੀਂ ਸੁਣਨਾ, ਅਤੇ ਸਾਨੂੰ ਕੰਜਰ ਕਹਿੰਦੇ ਹੋ ਤੁਸੀਂ। ਅਤੇ ਗੁਰਦਾਸ ਮਾਨ ਦੀ ਇਹਨੇ ਗਾਲ ਨੂੰ ਸਭਿਅਕ ਗਾਲ ਕਿਹਾ, ਸਾਹਿਤਕ ਗਾਲ ਕਿਹਾ, ਸਾਹਿਤਕ ਵੀ ਉਹ ਤਾਂ ਸਾਹਿਤਕ ਗਾਲ ਸੀ। ਫਿਰ ਇਹਨੇ ਨਾਲ ਕਿਹਾ ਵੀ ਆ ਜੇ ਜਿਹੜਾ ਮੈਂ ਆਉਣਾ, ਮਤਲਬ ਮੈਂ ਛਿੱਲੂ ਉਹਨੂੰ, ਮੈਂ ਦੱਸੂੰ, ਕਈ ਮੇਰੇ ਮੋਢੇ 'ਤੇ ਹੈ, ਆਹ 200 ਇੱਟਾਂ ਮੈਂ ਕੋਠੇ 'ਤੇ ਰੱਖੀਆਂ ਹੋਈਆਂ ਨੇ। ਸੋ ਇਹਨੇ ਇਹ ਗੱਲਾਂ ਕੀਤੀਆਂ। ਅੱਜ ਜਿਹੜੀ ਖਬਰ ਆ ਰਹੀ ਹੈ ਵੀ ਇਹਨੇ ਕਕਾਰ ਲਾ ਤੇ ਮਾਰ ਸਾਹਮਣੇ ਜਾ ਕੇ ਕਕਾਰ ਲਾ ਰਿਹਾ ਆਪਣੇ ਆਪ ਨੂੰ ਵੀ ਮੈਨੂੰ ਛੇਕ ਦਿਓ, ਪੰਛ ਹੋ ਜਿਹਨੇ ਛੇਕਣਾ। ਇਹ ਕਕਾਰ ਇਹ ਨਾ ਸੋਚਿਓ ਤੁਸੀਂ ਵੀ ਕੁੱਤੇ ਖਾਣੀ ਹੋ ਰਹੀ ਇਹਦੇ ਨਾਲ ਅਤੇ ਤਾਂ ਲਾ ਰਿਹਾ, ਨਹੀਂ ਨਹੀਂ, ਇਸ ਕਰਕੇ ਕਕਾਰ ਨਹੀਂ ਲਾ ਰਿਹਾ। ਔਰ ਇਹ ਪੰਥਕ ਕਿੱਥੋਂ, ਪੰਥਕ ਜਿਹੜਾ ਪਾ ਕੇ, ਦੇਖੋ ਮੈਂ ਅਸੀਂ ਨਹੀਂ ਕਹਿੰਦੇ ਵੀ ਅਸੀਂ ਕੋਈ ਪੰਥਕ ਆ ਕਿਰਪਾਨਾਂ ਪਾ ਕੇ ਚੋਲੇ ਪਾ ਕੇ, ਜਿਹੜਾ ਨਹੀਂ ਕਿਰਪਾਨ ਪਾਈ ਹੁੰਦੀ, ਜਿਹਨੇ ਨਹੀਂ ਅੰਮ੍ਰਿਤ ਛਕਿਆ ਹੁੰਦਾ, ਭਾਵੇਂ ਕਲੀਨ ਸ਼ੇਵ ਵੀ ਹੁੰਦਾ, ਉਹਦੀ ਸੋਚ ਵੀ ਪੰਥਕ ਹੋ ਸਕਦੀ ਹੈ। ਇਕੱਲਾ ਦਾੜੀ ਰੱਖ ਕੇ ਅਤੇ ਕਿਰਪਾਨਾਂ ਪਾ ਕੇ ਪੰਥਕ ਨਹੀਂ ਬਣਿਆ ਜਾਂਦਾ। ਅਤੇ ਦੂਜੀ ਗੱਲ ਇਹਨੇ ਕਹੀ ਬਈ ਅਸੀਂ ਹੁਣ ਕਪਾ ਕਿਰਪਾਨ ਕਹਿੰਦੇ ਲਾ ਰਹੇ ਹਾਂ, ਕਿਰਪਾਨ ਕਿਉਂ ਲਾਈ ਹੈ, ਇਹ ਬਹਾਨਾ ਭਾਲਦਾ ਸੀ, ਕਿਉਂਕਿ ਕੰਜਰ ਹੈ ਨਾ, ਅਤੇ ਕੰਜਰਾਂ ਨੂੰ ਬਹਾਨਾ ਚਾਹੀਦਾ ਹੁੰਦਾ ਹੈ। ਸੋ ਇਹਨੇ ਉਹ ਬਹਾਨੇ ਦੇ ਵਿੱਚ ਆ ਕੇ ਹੁਣ ਇਹ ਭਾਵੇਂ ਇਹਨੂੰ ਲੱਗੇ ਵੀ ਸ਼ਾਇਦ ਲੋਕ ਮੈਨੂੰ ਸੰਪਤੀ ਦੇਣਗੇ, ਲੋਕਾਂ ਦੀ ਮੈਨੂੰ ਭਾਵਨਾ ਮਿਲੇਗੀ ਵੀ ਮੈਂ ਲੋਕਾਂ ਦੇ ਕੁੱਤੇ ਖੰਡ ਦੁਖੀ ਹੋ ਕੇ ਕਿਰਪਾਨ ਲਾ ਰਿਹਾ। ਖਾਲਸਾ ਜੀ, ਜਿਹਨਾਂ ਦੇ ਗੁਰਮੁਖਾਂ ਪਿਆਰਿਆਂ ਨੇ ਸ਼ਸਤਰ ਪਾਏ ਨੇ ਨਾ, ਉਹ ਤਾਂ ਵੱਢੀ ਵੀ ਗਏ ਸੀ, ਟੁੱਕੇ ਵੀ ਗਏ ਸੀ, ਬੰਦ ਬੰਦ ਕਟਾਇਆ ਗਿਆ ਸੀ, ਉਹਨਾਂ ਨੇ ਫਿਰ ਵੀ ਕਿਰਪਾਨਾਂ ਨਹੀਂ ਲਾਈਆਂ। ਜਿਹਨੇ ਸਾਹਿਤਕ ਗੱਲ ਕਿਹਾ ਇਹ ਜਵਾਬ ਦਿੰਦਾ, ਇਹ ਖਾਲਸੇ ਦੀ ਕਚਹਿਰੀ 'ਚ ਖੜਦਾ। ਦੂਜਾ ਵੀ ਤੇਰੇ ਬਿਨਾਂ ਪੰਥ ਨੂੰ ਘਾਟਾ ਪੈ ਚੱਲਿਆ ਕੋਈ, ਜਾਂ ਕੌਮ ਨੂੰ ਘਾਟਾ ਪੈ ਚੱਲਿਆ, ਦੱਸ ਦੇ ਵੀ ਤੂੰ ਕੀ ਸਵਾਰਿਆ ਕੌਮ ਦਾ, ਭੇਟਾਂ ਹੀ ਗਾਈਆਂ ਨੇ, ਦੱਸ ਦੇ
ਤੂੰ ਕੀ ਸਵਾਰਿਆ ਸਟੇਜਾਂ ਤੇ ਰੁਪਾਨ ਉੱਪਰ ਦੀ ਪਾ ਕੇ, ਤੂੰ ਠੀਕ ਹੈ, ਤੂੰ ਕਹਿੰਦਾ ਵੀ ਮੈਂ ਆਹ ਬੜਾ ਮਤਲਬ ਦੁਖੀ ਆ, ਮੈਂ ਫਲਾਣਾ ਜੀ ਐਂ ਜੀ, ਤੂੰ ਕਿਰਪਾਨ ਉੱਪਰ ਦੀ ਪਾ ਕੇ ਸਟੇਜ ਤੇ ਨਾਲ ਕੰਜਰੀਆਂ ਨਚਾਉਂਦਾ ਫਿਰਦਾ, ਜਦੋਂ ਗਾਣੇ ਗਾਉਂਦਾ ਕੰਜਰੀਆਂ ਕਿਰਪਾਨ ਤੋਂ ਪਾਈ ਹੁੰਦੀ ਹੈ, ਠੀਕ ਹੈ ਵੀ ਤੂੰ ਅੰਮ੍ਰਿਤਧਾਰੀ ਹੈ, ਤੇਰਾ ਕਿੱਤਾ ਹੈ, ਤੇਰਾ ਪੇਸ਼ਾ ਹੈ। ਪਰ ਇੱਕ ਗੱਲ ਯਾਦ ਰੱਖਿਓ ਵੀ ਜਿਹੜੇ ਗੁਰਮੁਖ ਪਿਆਰੇ ਨੇ ਨਾ, ਜਦੋਂ ਗੁਰਮਤ ਨਾਲ ਜੁੜ ਜਾਂਦੇ ਨੇ, ਠੀਕ ਹੈ ਉਹ ਭੁੱਖੇ ਵੀ ਮਰਨਾ ਪਸੰਦ ਕਰ ਲੈਂਦੇ ਨੇ, ਪਰ ਆਪ ਕਿੱਤਾ ਛੱਡ ਦਿੰਦੇ ਆਪਣਾ ਵੀ। ਹਾਂ, ਬੜੇ ਨੌਜਵਾਨ ਨੇ ਜਿਹੜੇ ਬਾਹਰ, ਮੈਂ ਅੱਜ ਵੀ ਉਹਨਾਂ ਨੌਜਵਾਨ ਨਾਲ ਗੱਲਾਂ ਕਰਦਾ, ਅੰਮ੍ਰਿਤ ਛਕਿਆ ਮਜ਼ਬੂਰੀ 'ਚ ਕੰਮ ਕਰਨਾ ਸੀ, ਛੱਡਿਆ ਉਹਨਾਂ ਨੇ, ਕਹਿੰਦੇ ਭਾਈ ਸਾਹਿਬ ਛੱਡਤਾ, ਅਤੇ ਜਦੋਂ ਛੱਡਿਆ ਤਾਂ ਗੁਰੂ ਨੇ ਅੱਜ ਵੀ ਉਹਨਾਂ ਦੀ ਬਾਂਹ ਫੜੀ ਹੋਈ ਹੈ ਗੁਰੂ ਨੇ। ਸਾਡਾ ਫਿਕਰ ਸਾਡੇ ਗੁਰੂ ਨੂੰ ਆ, ਸਾਡਾ ਫਿਕਰ ਸਾਡੇ ਪਿਓ ਨੂੰ ਆ, ਅਤੇ ਜਿਨ੍ਹਾਂ ਨੇ ਆਪਣੇ ਪਿਓ ਨੂੰ ਪਿਓ ਸਮਝਿਆ ਹੀ ਨਹੀਂ, ਇਹਨਾਂ ਨੇ ਆਪਣੇ ਗੁਰੂ ਗੋਬਿੰਦ ਸਿੰਘ ਨੂੰ ਕਿਤੇ ਪਿਓ ਸਮਝਿਆ? ਅਤੇ ਦੂਜੀ ਗੱਲ ਖਾਲਸਾ ਜੀ, ਜਿਹੜਾ ਇਹ ਪੰਥ ਹੈ ਨਾ, ਇਹ ਸੂਰਮਿਆਂ ਦਾ ਹੈ, ਇਹ ਸ਼ੇਰਾਂ ਦਾ ਹੈ। ਵਧੀਆ ਗੱਲ ਮੇਰੇ ਵੀਰ ਨੇ ਇੱਕ ਲਿਖੀ ਆ, ਕਤੀੜ, ਇਹ ਕਤੀੜ ਹੈ। ਸੋ ਕਤੀੜ ਜਿਹੜੇ ਨੇ ਭੇਡਾਂ ਬੱਕਰੀਆਂ ਦਾ ਕਦੇ ਪੰਥ ਨਹੀਂ ਹੋਇਆ ਕਰਦਾ, ਪੰਥ ਸ਼ੇਰਾਂ ਦਾ ਹੋਇਆ ਕਰਦਾ। ਸੋ ਇਸ ਕਰਕੇ ਸਾਨੂੰ ਇਸ ਗੱਲ ਦਾ ਕੋਈ ਫਿਕਰ ਹੀ ਨਹੀਂ ਹੈ, ਨਾ ਫਿਕਰ ਕਰੋ। ਲੱਖ ਲਾਂ ਤਾਂ ਰੱਜ ਰੱਜ ਕੇ ਪਾਓ ਇਹਨੂੰ, ਵੀ ਜਿਹੜਾ ਬੰਦਾ ਬੱਤੀ ਬਣਾਉਣ ਨੂੰ ਇੱਕ ਸੱਤ ਗੱਲ ਕਹਿੰਦਾ, ਉਹਨੂੰ ਮੈਂ ਕਹਾਂਗਾ ਆਪਣੀ ਮਾਂ ਸਾਹਮਣੇ ਕਹਿ ਦੇ ਵੀ ਬੱਤੀ ਬਣਾ ਲਓ, ਜਾਂ ਭੈਣ ਸਾਹਮਣੇ ਕਹਿ ਦੇ ਬੱਤੀ ਬਣਾ ਲਓ, ਮੈਨੂੰ ਸ਼ਰਮ ਆਉਂਦੀ ਇਹ ਗੱਲ ਕਹਿੰਦਿਆਂ ਨੂੰ, ਵੀ ਭੈਣਾਂ ਵੀ ਇਹ ਵੀਡੀਓ ਸੁਣ ਗਈਆਂ, ਮਾਵਾਂ ਵੀ ਕਿਤੇ ਇਹ ਵੀਡੀਓ ਸੁਣ ਗਈਆਂ, ਵੀ ਸਾਹਿਤਕ ਗਾਲ ਹੈ ਕਿਤੇ ਆ। ਜਿਹੜਾ ਬੰਦਾ ਇੱਕ ਗੁਰਮੁਖ ਬੰਦਾ ਪੰਜਾਬੀ ਦੀ ਆਵਾਜ਼ ਚੁੱਕ ਰਿਹਾ, ਪੰਜਾਬੀ ਬੋਲ ਰਿਹਾ, ਦਾੜਾ ਉਹਦੇ ਪ੍ਰਕਾਸ਼ ਕੀਤਾ ਹੋਇਆ ਅਤੇ ਉਹਨੂੰ ਬਰਦਾਸਮਾਨ ਕਹਿ ਰਿਹਾ, ਉਹਨੂੰ ਤੁਸੀਂ ਸਾਹਿਤਕ ਗਾਲ ਕਹਿੰਦੇ ਹੋ? ਸੋ ਇਸ ਕਰਕੇ ਇਹਨਾਂ ਕੁੱਤਿਆਂ ਦਾ, ਇਹਨਾਂ ਕੰਜਰਾਂ ਦਾ ਕੋਈ ਫਰਕ ਨਹੀਂ ਪੈਂਦਾ, ਕੋਈ ਕਿਰਪਾਨ ਲਾਣ ਕਿਰਪਾਨ ਪਾਣ, ਇਹ ਕੰਜਰ ਨੇ, ਕੰਜਰ ਹੀ ਰਹਿਣਗੇ। ਸੋ ਉਹਨੇ ਸਾਬਤ ਕਰਤਾ, ਵਿਖਾਤਾ ਲੋਕਾਂ ਨੂੰ ਵੀ ਮੈਂ ਕੰਜਰ ਹੀ ਹਾਂ। ਸੋ ਇਸ ਕਰਕੇ ਗੁਰਮੁਖੋ ਪੰਥ ਹੈ ਇਹ ਕਲਗੀਧਰ ਪਾਤਸ਼ਾਹ ਦਾ, ਇਹ ਕਿਸੇ ਲੱਲੀ ਛੱਲੀ ਇੱਕੀ ਦੁੱਕੀ ਦਾ ਨਹੀਂ ਹੈਗਾ। ਸੋ ਗੁਰੂ ਮਹਾਰਾਜ ਨੇ ਬੜੀਆਂ ਕੁਰਬਾਨੀਆਂ ਦੇ ਕੇ ਕਿਰਪਾਨਾਂ ਮਿਲੀਆਂ ਨੇ, ਇਹ ਸਟੇਜਾਂ 'ਤੇ ਗਾਣੇ ਗਾ ਗਾ ਕਿਰਪਾਨਾਂ ਨਹੀਂ ਮਿਲੀਆਂ ਸਾਨੂੰ, ਇਹ ਕੁਰਬਾਨੀਆਂ ਦਿੱਤੀਆਂ ਕਲਗੀਧਰ ਪਾਤਸ਼ਾਹ ਨੇ ਪੰਥ 'ਚ, ਕੁਰਬਾਨੀਆਂ ਹੋਈਆਂ ਨੇ ਤਾਂ ਜਾ ਕੇ ਦਸਤਾਰਾਂ ਮਿਲੀਆਂ ਨੇ, ਤਾਂ ਜਾ ਕੇ ਸਰੂਪ ਮਿਲਿਆ, ਤਾਂ ਜਾ ਕੇ ਕਿਰਪਾਨ ਮਿਲੀ ਆ। ਇਹ ਕਿਰਪਾਨ ਮੇਰੀ ਨਹੀਂ, ਇਹ ਸਰੂਪ ਮੇਰਾ ਨਹੀਂ, ਇਹ ਦਸਤਾਰ ਮੇਰੀ ਨਹੀਂ, ਇਹ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਆ। ਅਤੇ ਜੇ ਇਹ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਸਮਝਦਾ, ਜੇ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਸਮਝਦਾ, ਤਾਂ ਇਹ ਨਾ ਲਾਉਂਦਾ। ਇਹਦੇ ਮਨ 'ਚ ਭੈ ਹੀ ਨਹੀਂ, ਭਾਵਨਾ ਹੀ ਨਹੀਂ, ਪਿਆਰ ਹੀ ਨਹੀਂ। ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸਿੱਖ ਹੈ ਨਾ, ਉਹ ਮਰਦਾ। ਮੈਂ ਫਿਰ ਬੇਨਤੀ ਕਰਾਂ ਕਿ ਪਰ ਪੰਥਨ ਕੋ ਊਚ ਬਖਾਨਾ, ਪੜ੍ਹੋ ਕਿਤੇ ਇਤਿਹਾਸ, ਸਾਹਿਤਕ ਨੂੰ ਪੜ੍ਹੋ ਕਿਤੇ, ਕਿਤੇ ਸਿੰਘਾਂ ਨੂੰ ਪੜ੍ਹੋ, ਵਿਦਵਾਨਾਂ ਨੂੰ ਪੜ੍ਹੋ, ਵੀ ਗੋਲ ਮੜੀ ਦੇਵਲ ਜੋ ਮੰਨਾ, ਪਰ ਪੰਥਨ ਕੋ ਊਚ ਬਖਾਨਾ, ਸੋ ਸਾਖਤ ਗੁਰ ਕਾ ਸਿੱਖ ਨਾਹੀ, ਫਾਸ ਪ੍ਰਯੋਜਨ ਕੰਕਰ ਫਾਹੀ। ਕਹਿੰਦੇ ਜਿਹੜਾ ਦੂਜਿਆਂ ਦੇ ਪੰਥ ਨੂੰ ਉੱਚਾ ਕਰਕੇ ਦੱਸਦਾ, ਗੋਲਾ ਮੜੀਆਂ ਨੂੰ ਜਾ ਕੇ ਮੰਨਦਾ, ਅਤੇ ਉਹ ਸਾਖਤ ਹੈ, ਗੁਰੂ ਦਾ ਸਿੱਖ ਹੈ ਹੀ ਨਹੀਂ। ਜਮਾਂ ਦੇ ਅੰਤ ਨੂੰ ਜਮਾਂ ਦੇ ਬਸ ਪੈਣਾ ਉਹਨੇ ਜਾ ਕੇ, ਅਤੇ ਇਹ ਮੜੀਆਂ 'ਤੇ ਜਾ ਕੇ ਗਾਉਂਦੇ ਨੇ, ਕਬਰਾਂ 'ਤੇ ਜਾ ਕੇ ਗਾਉਂਦੇ ਨੇ, ਚਿਲਮਾ ਪੀਣ ਵਾਲਿਆਂ 'ਚ ਗਾਉਂਦੇ ਨੇ। ਇਹ ਕਾਹਦੇ ਪੰਥਕ ਨੇ ਭਈਏ, ਕਾਹਦੇ ਸਾਹਿਤਕ ਨੇ? ਕੋਲ ਇਹਨਾਂ ਦੇ ਬੈਠ ਕੇ ਸਟੇਜ 'ਤੇ ਬੰਦਾ ਸ਼ਰਾਬਾਂ ਪੀਂਦਾ ਹੁੰਦਾ, ਕਿਰਪਾਨ ਕਾਹਦੀ ਪਾਈ ਹੈ? ਵੀ ਤੇਰੇ ਸਾਹਮਣੇ ਕੁਛ ਚਿਲਮਾ ਪੀ ਰਿਹਾ, ਸਿਗਰਟ ਪੀ ਰਿਹਾ, ਤੂੰ ਕਾਹਦੀ ਕਿਰਪਾਨ ਪੀ, ਤਾਂ ਗਾਟਾ ਲਾ ਸਟੇਜ 'ਤੇ ਬਹਿ ਕੇ ਉਹਦਾ, ਕਾਹਦਾ ਤੂੰ ਪੰਥਕ ਹੈ, ਕਾਹਦਾ ਆਪਣੇ ਆਪ ਨੂੰ ਸਿੱਖ ਕਮਾਉਣਾ ਤੂੰ ਭਾਈ, ਕਿੱਧਰੋਂ ਹੈ? ਸੋ ਜਿਹੜਾ ਸਿੱਖ ਆ, ਠੀਕ ਹੈ ਉਹ ਇੱਜ਼ਤ ਕਰਦਾ ਸਾਰੇ ਧਰਮਾਂ ਦੀ, ਪਰ ਉਹਦੇ ਵਾਸਤੇ ਪੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵੱਡਾ ਹੈ। ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨੇ ਮਤਲਬ ਪੰਥ ਚਲਾਇਆ, ਅਤੇ ਤੁਸੀਂ ਗਾਉਂਦੇ ਹੋ ਭੇਟਾ ਜਾ ਜਾ ਕੇ? ਅਸੀਂ ਭੇਟਾਂ ਨੂੰ ਮਾੜਾ ਨਹੀਂ ਕਹਿੰਦੇ, ਜਿਹੜੇ ਗਾਉਂਦੇ ਨੇ ਗਾਉਂਦੇ ਨੇ, ਜਿਹਨਾਂ ਵੀਰਾਂ ਦਾ ਕੰਮ ਹੈ, ਕਿੱਤਾ ਰੁਜ਼ਗਾਰ ਹੈ, ਕਰਦੇ ਨੇ, ਪਰ ਤੂੰ ਕਾਹਦਾ ਪੰਥ ਕਹਿੰਦੇ ਆਪਣੇ ਆਪ ਨੂੰ ਬਈ? ਜਾ ਕੇ ਤੂੰ ਸਟੇਜਾਂ 'ਤੇ ਨੱਚਦਾ ਫਿਰਦਾ ਕੰਜਰੀਆਂ ਨਾਲ, ਮਾਸੀ ਮਾਸੀ ਤੂੰ ਸਟੇਜਾਂ 'ਤੇ ਲੱਭਦਾ ਫਿਰਦਾ ਹੈ, ਮਾਸੀ ਮਾਸੀ।
ਮਾਸੀ ਕਿਹੜੀ ਆ, ਮਾਸੀ ਕਿਹੜੀ ਆ, ਪਿੱਛੇ ਦੀ ਵੀਡੀਓ ਆਈ, ਤੂੰ ਸਟੇਜਾਂ 'ਤੇ ਲੱਭਦਾ ਫਿਰਦਾ, ਤੂੰ ਕਾਹਦਾ ਪੰਥਕ ਹੈ? ਸੋ ਇਸ ਕਰਕੇ ਮੇਰੇ ਵੀਰੋ ਤਗੜੇ ਹੋਵੋ, ਮੈਂ ਤਾਂ ਕਹਿੰਦਾ ਜਿੱਥੇ ਮਿਲੇ ਨਾ ਗੁਰਦਾਸ ਮਾਨ ਦੇ, ਅਤੇ ਬਾਅਦ 'ਚ ਛਿੱਤਰ ਫਿਰੋ, ਪਹਿਲਾਂ ਇਹਦੇ ਛਿੱਤਰ ਫਿਰੋ, ਟਕਾ ਕੇ ਇਹਦੇ ਛਿੱਤਰ ਫਿਰੋ, ਤਗੜੇ ਹੋ ਗਏ ਛਿੱਤਰ ਫਿਰੋ ਜਿੱਥੇ ਵੀ ਮਿਲਦਾ। ਅਤੇ ਮੈਂ ਗੁਰਬਾਕੀ ਕਰੀ ਗੁਰਦਾਸ ਮਾਨ ਦੀ ਗੱਲ, ਲੱਖ ਲਾਨ ਤਾਂ ਉਸੇ ਮੈਨੇਜਰ ਨੂੰ, ਲੱਖ ਲਾਨ ਤਾਂ ਐਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਹੜੇ 15 ਲੱਖ ਦੇ ਵਿੱਚ ਵਿਕ ਗਏ ਅਤੇ 15 ਲੱਖ ਦਾ ਚੈੱਕ ਲੈ ਕੇ ਉਹ ਭਾਈ ਲਾਲੋ ਦਾ ਇਤਿਹਾਸ ਪੜ੍ਹ ਲਓ, ਗੁਰੂ ਨਾਨਕ ਪਾਤਸ਼ਾਹ ਦੇ ਉੱਥੇ ਸਥਾਨਾਂ 'ਤੇ ਸੇਵਾ ਕਰ ਰਹੇ ਹੋ, 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦਾ ਰਿਹਾ, ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਦੀ ਕੋਹਦੇ ਦੀ ਰੋਟੀ ਖਾਧੀ ਹੈ, ਭਾਈ ਲਾਲੋ ਦੀ, ਅਤੇ ਤੁਸੀਂ ਤਾਂ ਬਾਬਰ ਕੇ ਬਣ ਗਏ, ਤੁਸੀਂ ਤਾਂ ਠੱਗ ਬਣ ਗਏ ਤੁਸੀਂ, ਵੀ ਐਡੀਆਂ ਗਲਤੀਆਂ ਕਰਕੇ ਬੰਦਾ ਆ ਰਿਹਾ ਕਿ ਤੁਸੀਂ ਉਹਦੇ ਸਿਰ 'ਤੇ ਪੱਗਾਂ ਸਜਾਉਂਦੇ ਪਏ, ਦਸਤਾਰਾਂ ਸਜਾਉਂਦੇ ਪਏ, ਵਾਹ ਵਾਹ ਵਾਹ, ਜਾ ਵੀ ਆ ਜਾ, ਬੜੀ ਕਮਾਈ ਕਰਕੇ ਆਇਆ, ਪੰਜਾਬੀ ਦਾ ਬੜਾ ਸਿਰ ਉੱਚਾ ਕਰਕੇ ਆਇਆ। ਸੋ ਇਸ ਕਰਕੇ ਇਹ KS ਮੱਖਣ ਬਹਾਨਾ ਭਾਲਦਾ ਸੀ, ਸਿੱਖੀ ਤੋਂ ਕਿਰਪਾਨ ਲਾਹਣ ਦਾ ਇਹਨੇ ਸ਼ਕ 'ਤੇ ਲਿਆ ਸੀ ਅੰਮ੍ਰਿਤ, ਪਰ ਇਹਦੇ ਕਿੱਤੇ 'ਚ ਫਰਕ ਪੈ ਗਿਆ ਸੀ, ਹੁਣ ਕਿੱਤਾ ਪਿਆਰਾ, ਹੋਰ ਕੰਮ ਕੋਈ ਆਉਂਦਾ ਨਹੀਂ, ਗਾਣਾ ਆਉਂਦਾ, ਕਿੱਤਾ ਇਹੀ ਹੈ, ਕਿੱਤਾ ਪਿਆਰਾ ਸੀ, ਹੋਰ ਕੰਮ ਕੋਈ ਕਰ ਨਹੀਂ ਸਕਦਾ। ਸੋ ਕੇਸ ਤੜਾ ਰੱਖਣ ਕਰਕੇ, ਅਮਰ ਛਕਣ ਕਰਕੇ, ਅਤੇ ਜੇ ਕੋਈ ਹੋਰ ਬਾਲਕ ਸ਼ਰਾਬਾਂ ਦੇ ਨਸ਼ੇ ਦੇ ਗਾਣੇ ਪ੍ਰਮੋਟ ਕਰਦਾ ਤਾਂ ਇਹਨੂੰ ਮਾੜਾ ਸੀ, ਇਹਨੂੰ ਲੋਕ ਇਹਨੂੰ ਜੀ ਨਹੀਂ ਸੀ ਦਿੰਦੇ। ਸੋ ਹੁਣ ਇਹਨੂੰ ਬਹਾਨਾ ਮਿਲ ਗਿਆ, ਕਿਰਪਾਨ ਲਾਹਤੀ, ਪੰਥਕ ਦਾ ਜਿਹੜਾ ਮਖੋਟਾ ਸੀ ਉਹ ਲਾਹਤਾ, ਅੰਮ੍ਰਿਤ ਕੋਈ ਨਹੀਂ, ਆਉਣ ਵਾਲੇ ਸਮੇਂ 'ਚ ਦਾੜੀ ਵੀ ਕਟਾਏਗਾ, ਆਉਣੇ ਸਮੇਂ 'ਚ ਫਿਰ ਕੇਸ ਕਟਾਏਗਾ। ਸੋ ਇਸ ਕਰਕੇ ਇਹ ਵੀਰ ਨੇ ਗੱਲ ਲਿਖਿਆ ਵੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ, ਇਹ ਕਾਹਦਾ ਪੰਥਕ ਹੈ ਇਹਨਾਂ ਦਾ, ਅਤੇ ਕਾਹਦੀ, ਜਿਹਦੇ ਕਿਰਪਾਨ ਪਾਲੀ ਤਾਂ ਮਰ ਕੇ ਕਿਰਪਾਨ ਮਿਲਦੀ ਹੈ, ਅਤੇ ਮਰਦੇ ਦਮ ਤੱਕ ਨਾ ਲਾਉਂਦਾ ਕਿਰਪਾਨ, ਛੱਡ ਦੇ ਕਾਰੋਬਾਰ, ਖੇਤੀਬਾੜੀ ਕਰੇ, ਕਿਰਤ ਕਰੇ, ਕੰਮ ਕਰੇ, ਜ਼ਰੂਰੀ ਹੈ ਵੀ ਕਲਾਕਾਰੀ ਕਰਕੇ ਇਹਨੇ ਆਪਣਾ ਪਰਿਵਾਰ ਪਾਲਣਾ, ਆਪਣਾ ਬੜੇ ਕੰਮ ਨੇ, ਬੜੇ ਕਿੱਤੇ ਨੇ। ਅਸੀਂ ਵੀ ਸਰਕਾਰੀ ਨੌਕਰੀਆਂ ਛੱਡੀਆਂ ਨੇ, ਅਸੀਂ ਵੀ ਕਿਉਂ, ਸਾਡੇ ਫਾਦਰ ਸਾਹਿਬ ਲੀਡਰ ਆਫ DGP ਰਿਟਾਇਰ ਹੋਏ ਨੇ, ਅਸੀਂ ਵੀ ਸਰਕਾਰੀ ਨੌਕਰੀ ਛੱਡੀ ਹੈ, ਕਿਉਂ ਛੱਡੀ ਸੀ, ਵੀ ਸਾਨੂੰ ਜਦੋਂ ਅਮਰ ਛੱਕ ਗਿਆ ਲੱਗ ਗਿਆ ਪਤਾ ਵੀ ਇੱਥੇ ਸਾਡੀ ਜ਼ਿੰਦਗੀ ਹੈ ਨਹੀਂ, ਰਿਸ਼ਵਤ ਲੈਣੀ ਪੈਣੀ ਹੈ ਸਾਨੂੰ, ਇੱਥੇ ਛੱਡਤੀ ਨੌਕਰੀ, ਤੁਰ ਪਏ ਇੱਧਰਲੇ ਪਾਸੇ ਨੂੰ, ਅੱਜ ਕਿਹੜਾ ਭੁੱਖੇ ਮਰਦੇ ਹਾਂ, ਸੰਗਤ ਭੁੱਖਾ ਮਰਨ ਨਹੀਂ ਦਿੰਦੀ ਸਾਨੂੰ, ਸੰਗਤ ਰੱਜ ਰੱਜ ਕੇ ਸਾਡਾ, ਜੇ ਗੁਰੂ ਦੇ ਤੁਰਦੇ ਹਾਂ ਗੁਰੂ ਵਾਲੇ ਪਾਸੇ, ਅਤੇ ਗੁਰੂ ਵੱਧ ਚੜ੍ਹ ਕੇ ਸਾਨੂੰ ਸਾਥ ਦਿੰਦਾ, ਸਾਡੀ ਕੀ ਔਕਾਤ ਹੈ, ਸਾਡੇ ਕੋਲ ਸਾਈਕਲ ਨਹੀਂ ਸੀ, ਅੱਜ ਅਸੀਂ ਗੱਡੀਆਂ ਤੱਕ ਬੱਚਿਆਂ ਨੂੰ ਇਨਾਮ ਦਿੰਦੇ ਹਾਂ, ਸਾਡੇ ਕੋਲ ਗੱਡੀਆਂ ਖੜੀਆਂ ਨੇ, ਸੰਗਤ 'ਚ ਰੱਬ 'ਚ ਪਰਮੇਸ਼ਰ ਵੇਖਦਾ ਹੈ, ਉਹ ਸਭ ਕੁਝ ਦਿੰਦਾ ਹੈ, ਬੰਦੇ ਦੀ ਕੋਈ ਔਕਾਤ ਨਹੀਂ ਹੈ, ਤੁਰੋ ਤਾਂ ਸੀ ਤੁਸੀਂ, ਪੰਥਕ ਪੰਥਕ ਆਖੇ, ਪੰਥ 'ਚੋਂ ਛੇਕ ਦਿਓ, ਤੈਨੂੰ ਕਹਦਾ ਛੇਕਣਾ ਪੰਥ 'ਚੋਂ, ਤੂੰ ਤਾਂ ਪਹਿਲਾਂ ਹੀ ਛੇਕੇ ਹੋਇਆ, ਜਿਹੜਾ ਜਾ ਜਾ ਕੇ ਤੂੰ ਭੇਟਾਵਾਂਗਾ ਉਹਨਾਂ ਕੰਜਰਾਂ ਦੇ, ਮੜੀਆਂ 'ਤੇ ਜਾ ਕੇ, ਪੀਰਾਂ 'ਤੇ ਜਾ ਕੇ, ਤੂੰ ਕਹਿੰਦਾ ਆਖੇ ਜੀ ਮੈਂ ਗਾਣੇ ਗਾ ਰਿਹਾ, ਆਖੇ ਮੇਰੀ ਕਮਾਈ ਹੈ, ਮੇਰਾ ਕਿੱਤਾ, ਮੈਂ ਕੰਜਰ ਆ, ਕੰਜਰ ਆ, ਤੂੰ ਕੰਜਰ ਹੀ ਰਹਿਣਾ। ਸੋ ਇਸ ਕਰਕੇ ਮੈਂ ਆਪ ਸੰਗਤ ਨੂੰ ਬੇਨਤੀ ਕਰਦਾ, ਖਾਲਸਾ ਜੀ, ਐਵੇਂ ਸੋਚੋ ਨਾ ਬਾਲਾ, ਪੋਜ਼ਿਟਿਵ ਨਾ ਲਿਓ ਵੀ ਹਾਂ ਵੀ ਆਹ ਇਹਨੂੰ ਬਾੜਾ ਬੋਲਿਆ ਸਿੰਘਾਂ ਨੇ, ਫਲਾਣਾ ਕੀਤਾ ਜੀ, ਇਹਦੀ ਕਿਰਪਾਨ ਲਾਹਤੀ ਜੀ, ਦਿਲ ਟੁੱਟ ਗਿਆ ਜੀ, ਫਲਾਣਾ ਜੀ, ਇੱਦਾਂ ਦੇ ਲੁੱਚੇ ਕੰਜਰ ਸਾਈਡ 'ਤੇ ਹੀ ਚੰਗੇ ਨੇ, ਅਤੇ ਸਾਈਡ 'ਤੇ ਹੀ ਰਹਿਣ ਦਿਓ, ਜਿੱਥੇ ਮਿਲੇ ਨਾ ਹੁਣ ਛਿੱਤਰ ਲਾ ਲਓ, ਬਸ ਛਿੱਤਰ, ਵੀ ਕਲਗੀਧਰ ਪਾਤਸ਼ਾਹ ਜਿਹੜਾ ਕਕਾਰ ਨਹੀਂ ਸਾਂਭ ਸਕਿਆ, ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨਹੀਂ ਸਾਂਭ ਸਕਿਆ, ਲੋਕਾਂ 'ਚ ਵਿਖਾਵਾ ਕਰਦਾ ਫਿਰਦਾ, ਵੀ ਅੱਧਾ ਪੰਜਾਬ ਸਾਡੇ ਨਾਲ ਹੈ, ਇਹਨੂੰ ਦੱਸ ਦਿਓ, ਦੱਸ ਦਿਓ, ਇਹਨੂੰ ਦੱਸ ਦਿਓ ਵੀ ਜਿਹੜੇ ਆ ਜਸ ਕਾਲੋ, ਵੀ ਤੁਸੀਂ ਕਿਹਾ ਵੀ ਅੰਦਰੋਂ ਥੋੜ੍ਹੀ ਨਿਕਲ ਜਾਂਦਾ ਅੰਮ੍ਰਿਤ ਅੰਦਰੋਂ, ਅਤੇ ਜਿਹੜੇ ਅੰਦਰ ਜਾ ਕੇ, ਮੈਂ ਇੱਕ ਬੇਨਤੀ ਕਰਾਂਗਾ, ਜਿਹਦੇ ਅੰਦਰ ਜਾ ਕੇ ਅੰਮ੍ਰਿਤ ਵੀ ਜ਼ਹਿਰ ਬਣ ਜੇ ਨਾ, ਗੁੱਸੋ ਬੰਦੇ ਦਾ ਇਲਾਜ ਕੋਈ ਨਹੀਂ ਗੁਰੂ ਪਿਆਰਿਓ, ਕਿਆ ਕਰੋਗੇ ਤੁਸੀਂ ਐਸੇ ਬੰਦੇ ਦੇ ਅੰਦਰੋਂ ਰੱਖ ਕੇ, ਅੰਮ੍ਰਿਤ ਅੰਦਰੋਂ ਰੱਖ ਕੇ, ਮੰਨਦੇ ਹਾਂ ਅਸੀਂ ਅੰਦਰੋਂ ਅੰਮ੍ਰਿਤ ਗੁਰੂ ਦਾ ਨਹੀਂ ਨਿਕਲਦਾ, ਪਰ ਆਹ ਸੋਚ ਥੋੜ੍ਹੀ ਚਾਹੀਦੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸੋਚ ਵੱਖਰੀ ਹੈ, ਇਹ ਨਿਆਰਾ ਯੂਨੀਕ ਰਿਲੀਜ਼ਨ ਹੈ, ਯੂਨੀਕ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਐਵੇਂ ਨਹੀਂ ਸੀ ਕਿਹਾ, ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਆਪ ਵੀ ਕੈਸੋ ਪੰਥ ਸਜਾਊਂ, ਸਕਲ ਜਗਤ ਵਿਖਿਆ ਬਹੁ ਭਾਊਂ, ਲੱਖੋ ਨਰ ਜਾ ਕੇ ਇਕੱਠਾਏ, ਤਾਂ ਮੈਂ ਬਿਲਾ ਏਕ ਸਿੱਖ ਜਾਏ, ਸਭ ਤੇ ਪ੍ਰਤਖ ਪਛਾਣੋ ਪਰੈ, ਛਪੈ ਨਾ ਛਪਾ ਕੈਸੂ ਕਰੈ, ਗੁਰੂ ਗੋਬਿੰਦ ਸਿੰਘ ਕਹਿੰਦੇ ਐਸਾ ਖਾਲਸਾ ਸਜਾਵਾਂਗਾ,
ਜਿਹੜਾ ਲੱਖਾਂ ਦੀ ਭੀੜ ਵਿੱਚ ਖੜੇਗਾ ਨਾ, ਲੱਖਾਂ ਦੀ ਭੀੜ 'ਚ, ਅਤੇ ਲੋਕ ਖੜ ਖੜ ਵਿਖਣਗੇ, ਮੇਰਾ ਪੁੱਤ ਖੜਿਆ, ਮੇਰਾ ਖਾਲਸਾ ਖੜਿਆ, ਮੇਰਾ ਸ਼ੇਰ ਖੜਿਆ। ਸੋ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਤਿਆਰ ਕੀਤਾ, ਇਹ ਭੇਡਾਂ ਬੱਕਰੀਆਂ ਦੀ। ਗੁਰੂ ਗੋਬਿੰਦ ਸਿੰਘ ਸਾਡੇ ਵਰਗੇ ਵੀ ਬਥੇਰੇ ਤੁਰੇ ਫਿਰਦੇ ਨੇ, ਸਾਡੇ ਵਰਗਿਆਂ ਦੀ ਗੁਰੂ ਗੋਬਿੰਦ ਸਿੰਘ ਨੂੰ ਲੋੜ ਨਹੀਂ। ਗੁਰੂ ਗੋਬਿੰਦ ਸਿੰਘ ਤਾਂ 1.25 ਲੱਖ ਸੇਕ ਲੜਾਉ, 1.25 ਲੱਖ ਹੀ ਬੜਾ ਹੈ। ਇਹ ਪੰਥ ਉਦੋਂ ਤੱਕ ਚੜ੍ਹਦੀ ਕਲਾ ਚੱਲੀ, ਜਿੱਥੇ ਵੀ ਜਦੋਂ ਤੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਰਦਾ, ਇੱਕ ਵੀ ਸਿੱਖ ਪੂਰੀ ਦੁਨੀਆਂ ਦੇ ਵਿੱਚ ਰਹਿੰਦੇ ਨਾ ਚੜ੍ਹਦੀ ਕਲਾ ਵਾਲਾ, ਇਹ ਪੰਥ ਚੜ੍ਹਦੀ ਕਲਾ 'ਚ ਹੀ ਰਹਿਣਾ, ਇਹ ਪੰਥ ਦੀ ਜੈ ਜੈਕਾਰ ਹੀ ਰਹਿਣੀ ਹੈ। ਇਹ ਪੰਥ, ਮੈਂ ਇੱਕ ਬੇਨਤੀ ਕਰਾਂਗਾ, ਦੁਨੀਆਂ ਦੇ ਪੰਥ ਜਿਹੜੇ ਨਾ ਧਰਮ, ਉਹ ਲੋਕ ਦੁਨੀਆਂ ਦੇ ਮਰਦੇ ਨੇ ਅਤੇ ਜਿਉਂਦੇ ਨੇ ਫਿਰ ਮਰਦੇ ਨੇ, ਪਰ ਖਾਲਸਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਹਿਲਾਂ ਮਰਿਆ, ਇਹ ਫਿਰ ਜਿਉਂਦਾ ਹੋਇਆ, ਨਾ ਇਹ ਮੁੱਕਣਾ ਨਾ ਇਹ ਮੁੱਕ ਸਕਦਾ, ਰਹਿੰਦੀ ਦੁਨੀਆਂ ਤੱਕ ਸਾਡੇ ਭੋਗ ਪੈਣਗੇ, ਸਾਧਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਰਹਿਣਗੀਆਂ, ਲੋਕਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਰਹਿਣਗੀਆਂ, ਪਰ ਰਹਿੰਦੀ ਦੁਨੀਆਂ ਤੱਕ ਇੱਕੋ ਇੱਕ ਖਾਲਸਾ ਹੈ, ਜਿਹਦੀ ਕਦੇ ਬਰਸੀ ਨਹੀਂ ਮਨਾਈ ਜਾ ਸਕਦੀ। ਜਨਮ ਦਿਹਾੜਾ ਹਰੇਕ ਸਾਲ ਵਿਸਾਖੀ 'ਤੇ ਮਨਾਇਆ ਜਾਂਦਾ ਰਹੇਗਾ, ਰਹਿੰਦੀ ਦੁਨੀਆਂ ਤੱਕ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਰਹੇਗਾ, ਕਿਉਂਕਿ ਖਾਲਸਾ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਖਾਲਸਾ ਅਕਾਲ ਪੁਰਖ ਕੀ ਫੌਜ, ਅਤੇ ਜਿਹੜੀ ਫੌਜ ਆ ਨਾ ਉਹ ਤਿਆਰ ਬਰ ਤਿਆਰ ਫਿਰ ਫੌਜ ਹੀ ਹੁੰਦੀ ਆ। ਆਹ ਕੁੱਤੇ ਬਿੱਲਿਆਂ ਦੇ ਨਹੀਂ ਪੰਥ ਨੂੰ ਲੋੜ, ਇਹ ਬਥੇਰੇ ਵਾਗਾਂ ਦੀ ਲੋੜ ਨਹੀਂ ਹੈ, ਇਹਨਾਂ ਦੀ ਲੋੜ ਨਹੀਂ ਹੈ। ਇਸ ਕਰਕੇ ਜੇ ਮਿਲਦਾ ਨਾ ਛਿੱਤਰ ਲਾਓ, ਜਿੱਥੇ ਮਿਲਦਾ ਲਾਓ, ਪਲਾਂਤਾ ਪਾਓ ਇਹਨੂੰ। ਜਿਹੜਾ ਗੁਰੂ ਗੋਬਿੰਦ ਸਿੰਘ ਨੇ ਬਣਿਆ, ਗੁੱਸਾ ਨਾ ਕਰਿਓ, ਕਿਰਪਾਨ ਲਾਤੀ ਨਾ ਰੱਖ ਰਿਹਾ ਵੀ ਮਹਾਰਾਜ ਅੱਗੇ ਅਰਦਾਸ ਕਰ ਰਿਹਾ, ਲਾਤੀ ਨਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਹੀਂ ਬਣਿਆ ਉਹ ਤੁਹਾਡਾ ਕੀ ਬਣੂੰਗਾ, ਜਵਾਬ ਦੇ ਦਿਓ ਵੀ। ਜਿਹੜਾ ਪੰਥ ਦਾ ਨਹੀਂ ਬਣਿਆ ਉਹ ਤੁਹਾਡਾ ਕੀ ਬਣੂੰਗਾ, ਉਹ ਕਹਿੰਦਾ ਅੱਧਾ ਪੰਜਾਬ ਮੇਰੇ ਨਾਲ, ਦੱਸੋ ਉਹਨੂੰ ਵੀ ਕਿਹੜਾ ਅੱਧਾ ਪੰਜਾਬ ਉਹਦੇ ਨਾਲ ਹੈ, ਦੱਸ ਦਿਓ ਵੀ ਕਿਹੜਾ ਅੱਧਾ ਪੰਜਾਬ ਤੇ ਨਾਲ ਤੁਰਿਆ ਫਿਰਦਾ, ਕਿਹੜਾ ਤੈਨੂੰ ਸੁਣਨਾ ਹੁੰਦਾ ਦੱਸੋ। ਇਸ ਕਰਕੇ ਇੱਡੀ ਕੁ ਬੇਨਤੀ ਕਰਨ ਵਾਸਤੇ ਮੇਰਾ ਮਨ, ਮੈਂ ਕਦੇ ਨਹੀਂ, ਜਿੱਦਣ ਦਾ ਇਹ ਰੌਲਾ ਪਿਆ ਮੈਂ ਬੋਲਿਆ ਹੀ ਨਹੀਂ ਇੱਕ ਦਿਨ ਵੀ, ਨਹੀਂ ਸੀ ਮੇਰਾ ਮਨ, ਮੈਂ ਇੱਕ ਦਿਨ ਵੀ ਵਚਨ ਨਹੀਂ ਕੀਤਾ ਤੁਹਾਡੇ ਨਾਲ ਕੋਈ, ਪਰ ਅੱਜ ਮੇਰੇ ਮਨ ਨੂੰ ਵੀ ਕਿਰਪਾਨ ਕਹਿੰਦੇ ਲਾ ਰਿਹਾ, ਲੋਕ ਸਿੰਘ ਪਾ ਰਹੇ ਨੇ ਵੀ ਆਹ ਕਿਰਪਾਨ ਫੜ ਕੇ ਮਹਾਰਾਜ ਚਰਨਾਂ 'ਚ ਭੇਟਾ, ਲੱਖ ਲਾਂਤਾ ਐਸੇ ਬੰਦੇ ਨੂੰ, ਲੱਖ ਲਾਂਤਾ। ਸੋ ਇਸ ਕਰਕੇ ਗੁਰੂ ਪਿਆਰਿਓ, ਅਤੇ ਇਹ ਬਹਾਨਾ ਭਾਲਦਾ ਸੀ ਇਹਨੂੰ ਮਿਲ ਗਿਆ, ਸੋ ਇੰਨੀਆਂ ਕੋਈ ਬੇਨਤੀਆਂ ਕਰਦਾ, ਮੈਂ ਖੇਮਾ ਦਾ ਜਾਚਕ ਆ, ਗੱਲ ਚੰਗੀ ਲੱਗੇ ਸ਼ੇਅਰ ਕਰੋ ਵੱਧ ਤੋਂ ਵੱਧ ਇਹਨੂੰ, ਪਹੁੰਚਾਓ ਦੇ ਤੱਕ, ਕੰਜਰ ਆ ਤੂੰ ਕੰਜਰ ਹੀ ਰਹਿਣਾ, ਬਸ ਤੰਜਰ ਨੇ ਤੰਜਰ ਹੀ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਣਯੋਗ ਹੈ ਕਿ ਬੀਤੇ ਦਿਨ ਹੀ ਲਾਈਵ ਹੋ ਕੇ ਜੋ KS ਮੱਖਣ ਨੇ ਕਕਾਰ ਤਿਆਗੇ, ਉਸ ਨਾਲ ਸਿੱਖਾਂ ਦੇ ਮਨ ਨੂੰ ਠੇਸ ਤਾਂ ਪਹੁੰਚੀ ਹੀ, ਪਰ ਉਹਨਾਂ ਦਾ ਗੁੱਸਾ ਵੀ 7ਵੇਂ ਅਸਮਾਨ ਤੇ ਪਹੁੰਚ ਗਿਆ। ਹਰ ਪਾਸਿਓਂ ਹੋ ਰਹੇ ਇਸ ਵਿਰੋਧ ਤੋਂ ਬਾਅਦ KS ਮੱਖਣ ਕਿਸ ਤਰ੍ਹਾਂ ਆਪਣਾ ਬਚਾਅ ਕਰਨਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਸਪੋਕਸਮੈਨ TV।